जय मां काली, जय मां काली, जय मां काली। क्या बात है। उस तो पहला कि मैं कुछ बोलना, अमाल कदी बच्ची है, संगत को बेनती करना चाहते हैं। जय माता जय माता। सब तो पहला था सारे जीवन माई देते वीर बार वही मुबारक ਸਾਡੇ ਕੋਲ ਮਾਈਕ ਦੇ ਵਿੱਚ ਤਾਂ ਇੱਦਾਂ ਹੀ ਬੋਲ ਹੁੰਦਾ ਹੈ, ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਜੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਸਮਝਾਉਣਾ ਚਾਹੁੰਦੇ ਹਾਂ, ਪੂਰਾ ਤੁਹਾਡੇ ਦਿਲ ਦੇ ਵਿੱਚ ਹਰ ਗੱਲ ਬੈਠ ਜਾਵੇ। ਕਿਉਂਕਿ ਅੱਗੇ ਅਗਲੇ ਮਹੀਨੇ ਕਿਹੜਾ ਦਿਨ ਆ ਰਿਹਾ ਸਾਡੇ ਸਾਡੇ ਲਈ ਸਭ ਤੋਂ ਖਾਸ ਚੀਜ਼ ਹੈ। ਕਿਹੜਾ ਦਿਨ ਆ ਰਿਹਾ, ਇਸ ਲਈ ਉਸੀ ਖੁਸ਼ੀ ਵਿੱਚ ਅਸੀਂ ਜ਼ਿਆਦਾਤਰ ਤਾਂ ਸਾਡੇ ਆਸ਼ਿਕ ਹੋਰ ਵੀ ਬਹੁਤ ਆ ਮਾਲਕਾਂ ਨੂੰ ਜਿੰਨੇ ਵੀ ਪ੍ਰੇਮ ਕਰਨੇ ਵਾਲੇ ਆ, ਪਰ ਅਸੀਂ ਉਹਨਾਂ ਦੇ ਕਿਉਂਕਿ ਦੋ ਹੀ ਜੀਵ ਅਸੀਂ ਇਕੱਠੇ ਆ ਰਹੇ, ਕਿਉਂਕਿ ਬਾਕੀ ਸਾਰੇ ਕੋਈ ਡਿਊਟੀਆਂ ਦੇ ਬਾਹਰ ਲੱਗਾ ਵੀ ਕਿਤੇ ਲੱਗਾ ਆ, ਉਹਨਾਂ ਵੱਲੋਂ ਵੀ ਸੀਗੀ ਕਿ ਤੁਸੀਂ ਆਪਣੇ ਵੱਲੋਂ ਸੰਗਤ ਨੂੰ ਬੇਨਤੀ ਕਰ ਦਿਓ। ਸਾਰੇ ਸੇਵਾਦਾਰ ਵੀ ਹੈਗੇ ਆ, ਸਾਰੇ ਡੀਅਰ ਸਾਹਿਬ ਸਪੈਸ਼ਲ, ਇਹ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਆ ਕਿ 5 ਮਾਰਚ 'ਤੇ ਕੋਸ਼ਿਸ਼ ਕਰੋ ਕਿ ਉਹ ਤੋਂ ਇੱਕ ਦਿਨ ਪਹਿਲਾਂ ਵੀ ਅਸੀਂ ਦਰਬਾਰ 'ਤੇ ਪਹੁੰਚੀਏ। 5 ਮਾਰਚ ਨੂੰ ਤਾਂ ਪੂਰੇ ਪਰਿਵਾਰ ਸਮੇਤ ਆਉਣਾ, ਸਾਡੇ ਵੱਲੋਂ ਖੁੱਲ੍ਹਾ ਸੱਦਾ ਆ ਸਾਰੀ ਸੰਗਤ ਨੂੰ। ਇਹ ਨਾ ਸੋਚੋ ਕਿ ਅਸੀਂ ਘਰ ਦੇ ਵਿੱਚ ਇੱਕ ਮੈਂਬਰ ਰਹੀਏ, ਲੈ ਜੀ ਇੱਕ ਚੱਲ ਜਾਈਏ ਤਾਂ 4 ਮੈਂਬਰ ਘਰ ਦੇ ਲਈ ਉਸਦੇ ਛੁੱਟੀ ਵਾਲਾ ਦਿਨ ਆ, ਕਿਉਂਕਿ ਬੜੇ ਸਾਲਾਂ ਦਾ ਸਾਨੂੰ ਇੰਤਜ਼ਾਰ ਹੁੰਦਾ, ਕਿਉਂਕਿ ਜਿੱਦਾਂ ਮਾਲਕ ਜੀ ਹਜ਼ੂਰ ਪਾਕ 11ਵੀਂ ਵਾਲੀ ਸਰਕਾਰ ਦਾ ਬੜੇ ਮਾਲਕ ਜੀ ਦਾ ਬਰਥਡੇ ਮਨਾਉਂਦੇ ਆ, ਉਹ ਕੋਈ ਕਮੀ ਨਹੀਂ ਛੱਡਦੇ। ਔਰ ਅੱਜ ਜਿਹਨਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਹਾਂ, ਸਾਰੇ ਜਿਹੜੇ ਮਾਲਕ ਜੀ ਆਸਥਾ ਦੇ ਬਿਰਾਜਮਾਨ ਹੁੰਦੇ ਉਹਨਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਹਾਂ। ਜਦੋਂ ਵੀ ਕਦੇ ਸਾਨੂੰ ਕੋਈ ਪਰੇਸ਼ਾਨੀ ਆਉਂਦੀ, ਕੋਈ ਕਮੀ ਆਉਂਦੀ, ਅਸੀਂ ਹੱਸਦੇ ਹੋਏ ਜਾਂ ਮੁਸਕਰਾਉਂਦੇ ਹੋਏ ਜਾਂ ਕਿਤੇ ਵੀ ਰੋਂਦੇ ਵੀ ਆਉਂਦੇ ਹਾਂ, ਤਾਂ ਵੀ ਸਾਨੂੰ ਹਸਾ ਕੇ ਭੇਜਦੇ ਆ, ਖੁਸ਼ੀਆਂ ਦੇ ਕੇ ਭੇਜਦੇ। ਜੇ ਉਹਨਾਂ ਦਾ ਖੁਸ਼ੀਆਂ ਭਰਿਆ ਦਿਨ ਆ ਰਿਹਾ ਤਾਂ ਸਾਡੇ ਸਾਰਿਆਂ ਦੀ ਇਹ ਕੋਸ਼ਿਸ਼ ਹੈ ਕਿ ਉਸ ਦਿਨ 'ਤੇ ਅਸੀਂ ਹੁੰਮ ਪਾ ਕੇ ਪਹੁੰਚੀਏ। ਔਰ 1 ਮਾਰਚ ਤੋਂ ਦਰਬਾਰ ਦੇ ਵਿੱਚ ਪ੍ਰਭਾਤ ਫੇਰੀਆਂ ਵੀ ਕੱਢੀਆਂ ਜਾਣੀਆਂ, ਉਹ ਸਿਰਫ ਦਰਬਾਰ ਦੇ ਵਿੱਚ ਹੋਏਗੀਆਂ, ਪਿੰਡ ਦਾ ਚੱਕਰ ਲਗਾਇਆ ਜਾਏਗਾ। ਉਸਦੇ ਵਿੱਚ ਮਾਲਕ ਜੀ ਦੇ ਜੇ ਉਹਨਾਂ ਦੇ ਦਿਲੀ ਖੁਸ਼ੀ ਇੱਕ ਬੱਚਿਆਂ ਨੂੰ ਦਰਸ਼ਨ ਦੇਣੇ ਹੋ ਗਈ, ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰਨਾ, ਕਿਉਂਕਿ ਉਹਨਾਂ ਲਈ ਉਹ ਰੈਸਟ ਦੇ ਦਿਨ ਰੱਖਣੇ ਨੇ, ਕਿਉਂਕਿ ਉਹ ਸਾਰਾ ਸਾਲ ਸੰਗਤ ਲਈ ਕਰਦੇ ਆ, ਤੜਕੇ 3 ਵਜੇ ਉੱਠ ਜਾਂਦੇ ਆ, ਨਾ ਆਪਣਾ ਸੌਣ ਦਾ ਦੇ ਦੇਣਾ, ਖਾਣ ਪੀਣ ਦਾ ਦੇਦੇ ਆ, ਕੁਛ ਵੀ ਦੇਦੇ ਆ, ਸੰਗਤ ਨੂੰ ਕਿਸੇ ਤਰ੍ਹਾਂ ਦੀ ਆਰਾਮ ਦੇਈਏ। ਸਵੇਰੇ 11 ਵਜੇ ਆ ਜਾਂਦੇ ਆ, ਸ਼ਾਮ ਨੂੰ 6 ਵਜੇ ਜਾਂਦੇ ਆ, ਅਸੀਂ ਤਾਂ ਇੱਥੋਂ ਉੱਠਦੇ ਵੀ ਹਾਂ, ਉੱਠ ਕੇ ਇੱਧਰ ਉੱਧਰ ਹਿੱਲ ਵੀ ਲੈਂਦੇ ਹੋ, ਇੱਕ ਵਾਰ ਆਸਣ 'ਤੇ ਬਹਿ ਗਏ ਤਾਂ 4-5-7 ਘੰਟੇ ਸਿੱਧੀ ਨਹੀਂ ਕੋਈ ਹੈ। ਇਸ ਲਈ ਜੇ ਉਹ ਸਾਡੇ ਇੰਨਾ ਕਰਦੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਉਹਨਾਂ ਦੇ ਜਨਮ ਦਿਨ ਦੇ ਵਿੱਚ ਅਸੀਂ ਖੁਸ਼ੀ ਨਾਲ ਪਹੁੰਚੀਏ, ਔਰ ਖੁਸ਼ੀ ਨਾਲ ਭੰਗੜਿਆਂ ਵਾਂਗ ਨੱਚਦੇ ਟੱਪਦੇ ਗੱਲ, ਜਿਹੜਾ ਕਹੀ ਕਰਾਂ ਮੈਂ ਕਦੀ ਨੱਚਿਆ ਨਹੀਂ ਉਹ ਵੀ ਨੱਚਣੇ, ਇਹ ਬੇਨਤੀ ਕਰ ਰਹੇ ਵੀ ਅੱਜ ਜੀ ਪਹੁੰਚੀ ਆ ਅਤੇ ਨਹੀਂ ਵੀ ਪਹੁੰਚੀ, ਉਹ ਯੂਟਿਊਬ 'ਤੇ ਵੀ ਸਾਡੇ ਗੱਲ ਸੁਣ ਰਹੇ ਆ, ਉਹਨਾਂ ਨੂੰ ਵੀ ਸਾਡੇ ਵੱਲੋਂ ਖੁੱਲ੍ਹਾ ਸੱਦਾ ਆ ਕਿ ਇਸ ਦਿਨ 'ਤੇ ਅਸੀਂ ਹੁੰਮ ਮਾਰ ਕੇ ਪਹੁੰਚੀਏ, ਔਰ ਜੋ ਜਿੱਦਾਂ ਦੀ ਦੇ ਲੈ ਕੇ ਖੁਸ਼ੀ ਵਾਸਤੇ ਅਸੀਂ ਮਾਲਕ ਜੀ ਨੇ ਜੋ ਵੀ ਕਰਨਾ ਚਾਹੁੰਦੇ ਹੋ ਸਲਾਹ ਕਰ ਸਕਦੇ ਸਾਰੇ ਮੈਂਬਰਾਂ ਨਾਲ ਕਿ ਅਸੀਂ ਮਾਲਕ ਜੀ ਨੇ ਖੁਸ਼ੀ ਲਈ ਉਸ ਦਿਨ ਦੇ ਜਨਮ ਦਿਨ 'ਤੇ ਆਹ ਚੀਜ਼ ਕਰਨਾ ਚਾਹੁੰਦੇ ਹਾਂ। ਦਰਬਾਰ 'ਤੇ ਕੁਛ ਵੀ ਕਰਨਾ ਜੇ ਕੁਛ, ਉਹਨਾਂ ਵੱਲੋਂ ਚਾਹੀਦਾ ਕਿ ਅਸੀਂ ਲੰਗਰ ਮਾਲਕਾਂ ਦੇ ਕਰਨਾ ਜਾਂ ਕੁਛ ਵੀ, ਉਹਨਾਂ ਦੀ ਬਰਥਡੇ ਦੀ ਖੁਸ਼ੀ ਦੀ ਕੋਈ ਕਰ ਤਾਂ ਕੁਛ ਨਹੀਂ ਸਕਦੇ, ਕਿਉਂਕਿ ਉਹ ਦੇਣ ਵਾਲੀ ਆ, ਉਹਨਾਂ ਲਈ ਅਸੀਂ ਕੁਛ ਨਹੀਂ ਕਰ ਸਕਦੇ, ਫਿਰ ਵੀ ਸਾਡਾ ਪਿਆਰ ਆ ਕਿ ਜੋ ਅਸੀਂ ਖੁਸ਼ੀ ਲਈ ਉਹਨਾਂ ਲਈ ਕਰੀਏ ਉਹੀ ਸਾਡੇ ਲਈ ਬਹੁਤ ਆ, ਕਿਉਂਕਿ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੇ ਇੱਦਾਂ ਕਰੋਗੇ ਤਾਂ ਅਸੀਂ ਖੁਸ਼ ਹੋਣਾ, ਉਹ ਪਿਆਰ ਹੀ ਇੰਨਾ ਕਰਦੇ ਆ ਉਹਨਾਂ ਨੂੰ, ਅਸੀਂ ਕਰੀਏ ਚਾਹੇ ਨਾ ਕਰੀਏ ਉਹਨਾਂ ਨੂੰ ਸਾਨੂੰ ਖੁਸ਼ੀ ਦੇਣੀ ਦੇਣੀ, ਤਾਂ ਸਾਡਾ ਸਾਰਿਆਂ ਦਾ ਫਰਜ਼ ਆ ਕਿ ਅਸੀਂ ਉਸ ਦਿਨ ਨੂੰ ਕਿੱਦਾਂ ਮਨਾਉਣਾ, ਕਿਸ ਢੰਗ ਨਾਲ ਮਨਾਉਣਾ। ਜੇ ਤੁਸੀਂ ਸਾਡੇ ਨਾਲ ਵੀ ਸਲਾਹ ਕਰਨੀ ਚਾਹੁੰਦੇ ਹੋ ਤਾਂ ਸਾਡੇ ਨਾਲ ਕਰ ਸਕਦੇ ਹਾਂ, ਕਿਉਂਕਿ ਅਸੀਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਆ, ਉਹਨਾਂ ਦੇ ਬੱਚੇ ਆ, ਇੱਥੇ ਕੋਈ ਨਹੀਂ ਫਰਕ ਕਿਹੜਾ ਵੀ ਉੱਚਾ ਜਾਂ ਵੱਡਾ ਛੋਟਾ ਬੇਟਾ, ਸਾਰੇ ਭੈਣ ਭਰਾ ਸਾਰੇ ਮਾਲਕਾਂ ਦੇ ਇਕੱਠੇ ਜੀ ਵਾ, ਕਿਉਂਕਿ ਇੱਕ ਗੁਰੂ ਦੇ ਬੱਚੇ ਹੈ ਔਰ ਮਾਲਕਾਂ ਦੇ ਬੱਚੇ ਹੈ। ਬਾਕੀ ਦਾ ਮੈਂ ਇੰਨਾ ਕੁਝ ਕਹਿਣਾ ਚਾਹੁੰਦਾ, ਬਾਕੀ ਭਾਜੀ ਸਾਡੇ ਵੀ ਥੋੜ੍ਹੇ ਬੋਲਣਗੇ, ਬਾਕੀ ਜੇ ਕੋਈ ਚੰਗੇ ਹੋਣਾ ਜੇ ਕੁਛ ਵੀ ਆ ਕਿ ਆਵਾਜ਼ ਇੱਦਾਂ ਦੀ ਹੈ, ਕੰਮ ਦੀ ਹੈ, ਬੋਲ ਦੀ ਹੁੰਦਾ ਸਾਰਾ, ਕਿਉਂਕਿ ਚਾਹੀਏ ਇੰਨਾ ਮਾਲਕਾਂ ਦੇ ਜਨਮ ਦਿਨ ਦਾ ਖੁਸ਼ੀ ਦੇ ਵੀ ਸਾਡਾ ਦਿਲ ਕਰਦਾ, ਇਹ ਤਾਂ ਹੁਣ ਤੋਂ ਹੀ ਨੱਚਣਾ ਸ਼ੁਰੂ ਕਰ ਦਈਏ, ਨੱਚਣ ਹਟ ਗਏ ਮਾਲਕਾਂ ਦਾ ਜਨਮ ਦਿਨ ਕਰਕੇ। ਸਾਰਿਆਂ ਨੂੰ ਬੇਨਤੀ ਹੈ ਕਿ ਉਸ ਦਿਨ ਪੂਰੇ ਪਰਿਵਾਰ ਸਮੇਤ, ਜੇ ਕੋਈ ਨਹੀਂ ਵੀ ਆਉਂਦਾ ਗੱਡੀ ਕਰਕੇ ਆ ਜਾਓ, ਉਹਨਾਂ ਦੇ ਗੱਡੀ ਦਾ ਖਰਚਾ ਵੀ ਅਸੀਂ ਦੇਵਾਂਗੇ, ਜੇ ਕੋਈ ਜ਼ਰੂਰਤਮੰਦ ਆ ਉਹਦਾ ਖਰਚਾ ਵੀ ਅਸੀਂ ਦੇਵਾਂਗੇ, ਪਰ ਲੈ ਕੇ ਆਉਣਾ ਤੁਸੀਂ ਜਿੰਨਾ ਹੋ ਸਕੇ ਜੀਵਾਂ ਨੂੰ ਵੱਧ ਤੋਂ ਵੱਧ ਲੈ ਕੇ ਆਉਣਾ, ਕਿਉਂਕਿ ਅਸੀਂ ਚਾਹੁੰਦੇ ਕਿ ਉਹ ਦਿਨ ਨੂੰ ਕਿ ਮਾਲਾ ਜੀ ਸਿਰਫ ਆ ਸਟੇਜ 'ਤੇ ਬੈਠਣ, ਔਰ ਖਾਸ ਕਰਕੇ ਜਿਹੜੇ ਫਰਿਆਦੀ ਜੀਵ ਆ ਉਹਨਾਂ ਨੂੰ ਬੇਨਤੀ ਆ, ਵੀਰਵਾਰ ਵਾਲਾ ਦਿਨ ਫਰਿਆਦ ਰੱਖਣਾ, ਜਦੋਂ ਮਾਲਕ ਜੀ ਦਾ ਜਿਸ ਦਿਨ ਜਨਮ ਦਿਨ ਆ ਉਦੋਂ ਕੋਈ ਫਰਿਆਦ ਬੇਨਤੀ ਨਾ ਕਰੇ,
उस दिन सिर्फ उन्होंने आप खुशी देंगे जेड़ा भी आके महाराज जी ने मत्था टेके तो हैप्पी बर्थडे विश करे कि मन की तड़िया बहुत रहता सू मंगण की या दसण की लड़ है क्योंकि तुम बिना मंगे बिना दसे साड़िया झोलियां भरी जाते तो फरियाद क्यों दसी इस करके सिर्फ उस दिन अभी तेजे वास्ते ही आना है और तुम जिदा भी हो सके जिदा तक लगे कि अभी तेरे लिए खुशी दे सके उदा की खुशी दे और खुशी उन्होंने ये कि सारे मुस्कुराते हसते नचने त्रपिए नचना टपना खुला है टेंशन नहीं कोई नहीं डीजे डूजे डीजे वाले खड़े 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 डूजे वाले मोहरे खड़े माई चाले भी मोहरे खड़े खुशी ना ही इंजॉय कर रहे हैं ठीक है जय मां जय मां कहना तू आड़ू का मेरी भी हो जाऊ बस रैंडी भी नहीं गई सिर्फ टेंशन लेने घट गया बाकी जिन्हें तक उसका हाथ हो गए आप ही बुलाने वाले होंगे तो जिदा भाजी ने ऑलरेडी सारा कुछ दस दिता है मैं भी थोड़ा जहाँ ऑन करना चाहूँगा क्योंकि पहले एक ताड़ी मार जोर ताड़ी तो इस वास्ते बजाई है कि हजूर गौस आए हजूरी तौर पर उदो आप नहीं सी होर पीर फकीर आए आप नहीं सी पर हम अपनी किन्नी किस्मत आ मालिक जी आए तो आप सारे उन्हें दर्शन ये अपने वास्ते बड़ी खुशी वाली बड़ी किस्मत वाली गल है कि मालिक जी साक्षात साडे रूह ही मालिक जी तो उदो भी हुई ही सी क्योंकि उस टाइम हजूर गौस के रूप में बड़े मालक के रूप का हूँ मालिक जी यही कहना है कि हम बस 5 मार्च आ रही है तो सारे पता साढ़े दिल में एक शौक होना चाहिए एक जोश होना चाहिए क्योंकि आप देखते हैं महाराज जी ने जिदा भाई ने दसिया कि हजूर गौस का जन्मदिन आता है प्रगट दिवस महान प्रगट दिवस आता है बड़े मालिक जी आते तो मालिक ने वक्रा ही कुछ आता है तुम्हें देखा होना जिन्होंने देखा प्रोग्राम देखिए कि किदा मालिक जी पूरे आनंद में रहते हैं जो भी करते हैं चित दिल तो सिर्फ सानू एक इशारा होंगे क्योंकि है तो सब कुछ आप ही हो हजूर गौस भी उही है अपने मन की भी उही है वो सानू सिर्फ जो कुछ भी कर रहे हो सानू एक सिक्ख्या होंगी कि अपने मुर्शिद का जन्मदिन आप कि किन्नी खुशी नाल कि बदली वधिया बना सकते तो जिदा वो इदा करते कि खुशी कि चा हों साडे दिल विच इदा होनी चाहिए कि सा हुण बस दिन दिन उंगलियां ते होणगे आह एक दिन रह गया दो दिन रह गए ना पूरे जोश नाल आपां मनाउणा है तो जिन्होंने भी कोई भी प्रोग्राम के पार्टीसपेट करना वो हूँ तो ही दूजा कर लगो क्योंकि लागे जाके देखो देखी हो जाता कि मैं स्केट करनी है कोई कोई सिंग गाँवना है वो हूँ तो ही साढ़े हो गए कि आह दिन में अभी आह कम करने हैं तो बाकी जो दसिया भंगड़ा वगैरह या खुशी ना तो मना ही तो इस गल का ख्याल रखो तो पूरा अपने दिल में जोश एम भरो तो आप पूरे दिनों में यादगार बना जिदा मतलब कहते कि बाद में सानू हो गए जो 6 मार्च हो गए या 7 मार्च हो गए असं सोचिए तो आप हो गए कह आप दिन का पूरा आनंद ले ठीक है जी तो यही बेनती है जोड़े जिन्होंने यूट्यूब से या बाकी फेसबुक से सुनना उन्होंने बेनती है कि वो भी जोड़े इतने मैंबर आ जे आ सकते हो दरबार जान जो बाकी जोड़े बहरों भी किसी भी तरीके इस रिपेट में हिस्सा पाना चाहते हो पा सकते हैं तो यही बेनती कबूल करो जय मंग कोशिश करो 4 मार्च में शाम तक पहुँचने की जल्दी जल्दी क्योंकि अभी वो रात भी मालिक जी ने साडे बैठना है जे साडे असी संगत सारे इकट्ठे होवांगे तो उन्होंने तुहानू मैनू दिलों विश्वास है कि उन्होंने आके जरूर बैठेंगे इस करके 4 नूं कोशिश करो बैग बूग लैके थोड़े थोड़े कपड़े पा के कहो तो कढ़नी है जी साडे बाप का जन्मदिन है बच्चे के जन्मदिन अभी कपड़े शपड़े पाते हैं ब्याह पाते साडे बाप का जन्मदिन पूरे टोर शोर कढ़ के तैयार श्यार हो गए आपां उह दिन मनाउणा जय मालिक जी।